ਹੱਥ 'ਚ ਨੰਗੀਆਂ ਤਲਵਾਰਾਂ ਤੇ ਦਾਤਾਂ ਫੜ ਕੇ ਗਲੀ ਦੇ ਵਿੱਚ ਹੱਲਾ ਕਰ ਰਹੇ ਇਹ ਮੁੰਡੇ ਇੱਕ ਔਰਤ ਦੇ ਘਰ ਦੇ ਬਾਹਰ ਨੇ, ਜਿੱਥੇ ਅੰਦਰ ਵੜ ਕੇ ਭੰਨ ਤੋੜ ਕੀਤੀ ਗਈ, ਬਾਹਰ ਲੱਗੇ ਵਾਹਨ ਤੱਕ ਤੋੜ ਦਿੱਤੇ ਗਏ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਮੁੰਡੇ ਜਿਹੜੇ ਨੇ ਨੰਗੀਆਂ ਤਲਵਾਰਾਂ ਲੈ ਕੇ ਗਲੀ ਦੇ ਵਿੱਚ ਹੱਲਾ ਕਰ ਰਹੇ ਨੇ, ਧਮਕੀਆਂ ਦੇ ਰਹੇ ਨੇ ਤੇ ਨਾਲ ਹੀ ਇੱਟਾਂ ਰੋੜੇ ਵੀ ਘਰ ਵੱਲ ਸੁੱਟ ਰਹੇ ਨੇ। ਦਰਅਸਲ ਗਲੀ 'ਚ ਹੀ ਰਹਿਣ ਵਾਲੇ ਇੱਕ ਸ਼ਖਸ ਤੇ ਇਹ ਭਾਂਜੇ ਤੇ ਉਸਦੇ ਸਾਥੀ ਨੇ, ਜਿਨ੍ਹਾਂ ਦੀ ਆਪਣੇ ਹੀ ਗੁਆਂਢੀ ਨਾਲ ਲੜਾਈ ਹੋਈ ਸੀ। ਇਸ ਔਰਤ ਦੇ ਵੱਲੋਂ ਮਾਂ ਦੀ ਕੁੱਟਮਾਰ ਕਰਨ ਤੋਂ ਉਸ ਸ਼ਖਸ ਨੂੰ ਰੋਕਿਆ ਗਿਆ ਸੀ, ਜਿਸਨੇ ਗੁੱਸੇ ਵਿੱਚ ਆ ਕੇ ਆਪਣੇ ਭਾਂਜੇ ਤੇ ਉਸਦੇ ਸਾਥੀਆਂ ਨੂੰ ਹਮਲਾ ਕਰਨ ਦੇ ਲਈ ਭੇਜ ਦਿੱਤਾ। ਇਹਨਾਂ ਮੁੰਡਿਆਂ ਦੇ ਵੱਲੋਂ ਨੰਗੀਆਂ ਤਲਵਾਰਾਂ ਦੇ ਨਾਲ ਘਰ ਤੇ ਹਮਲਾ ਕੀਤਾ ਗਿਆ, ਸਮਾਨ ਤੋੜਿਆ ਗਿਆ, ਬਾਹਰ ਲੱਗੇ ਵਾਹਨ ਵੀ ਭੰਨ ਦਿੱਤੇ ਗਏ ਨੇ, ਸਕੂਟੀ ਦਾ ਵੀ ਦੇਖੋ ਕੀ ਹਾਲ ਕਰ ਦਿੱਤਾ। ਗਲੀ ਦੇ ਵਿੱਚ ਰੌਲਾ ਪਾਉਂਦੇ ਹੋਏ ਇਹ ਜਦੋਂ ਮੁੰਡੇ ਆਉਂਦੇ ਨੇ ਤਾਂ ਔਰਤ ਆਪਣੀ ਜਾਨ ਬਚਾਉਣ ਲਈ ਭੱਜਦੀ ਹੈ। ਇੱਥੋਂ ਤੱਕ ਕਿ ਗਲੀ ਦੇ ਵਿੱਚ ਬਾਕੀ ਲੋਕ ਵੀ ਆਪਣੇ ਘਰਾਂ ਦੇ ਅੰਦਰ ਵੜ ਜਾਂਦੇ ਨੇ ਤੇ ਦਰਵਾਜ਼ੇ ਬੰਦ ਕਰ ਲੈਂਦੇ ਨੇ। ਦਰਜਨ ਤੋਂ ਵੀ ਵੱਧ ਇਹ ਮੁੰਡੇ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਨੇ, ਦਾਤ ਹੈ, ਤਲਵਾਰਾਂ ਨੇ ਨੰਗੀਆਂ, ਤੇ ਇੱਥੇ ਗਲੀ ਦੇ ਵਿੱਚ ਉਹ ਗੁੰਡਾਗਰਦੀ ਦਿਖਾ ਰਹੇ ਨੇ। ਜਦੋਂ ਔਰਤ ਦੇ ਵੱਲੋਂ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਜਾਂਦਾ ਹੈ ਤੇ ਗਲੀ 'ਚ ਪਈਆਂ ਇੱਟਾਂ ਹੀ ਦਾਤ ਨਾਲ ਭੰਨ ਭੰਨ ਕੇ ਉਸਦੇ ਘਰ ਵੱਲ ਸੁੱਟਣ ਲੱਗ ਪਏ। ਦੱਸਿਆ ਜਾ ਰਿਹਾ ਹੈ ਕਿ ਇੱਥੇ ਫੋਨ ਕਰਨ ਤੋਂ ਬਾਅਦ ਪੁਲਿਸ ਵੀ ਕਾਫੀ ਦੇਰੀ ਨਾਲ ਪਹੁੰਚੀ ਹੈ। ਉਦੋਂ ਤੱਕ ਇਹ ਮੁੰਡੇ ਕਾਫੀ ਹੱਦ ਤੱਕ ਹੱਲਾ ਮਚਾ ਚੁੱਕੇ ਸਨ ਅਤੇ ਦਰਵਾਜ਼ੇ ਘਰ ਦੀ ਭੰਨ ਤੋੜ ਕਰ ਚੁੱਕੇ ਸਨ। ਇਸ ਔਰਤ ਦੇ ਵੱਲੋਂ ਸ਼ਖਸ ਨੂੰ ਆਪਣੀ ਮਾਂ ਦੀ ਕੁੱਟਮਾਰ ਕਰਨ ਤੋਂ ਰੋਕਿਆ ਗਿਆ ਸੀ ਤੇ ਉਸਨੇ ਹੀ ਆਪਣੇ ਭਾਂਜੇ ਤੇ ਉਸਦੇ ਸਾਥੀਆਂ ਨੂੰ ਹਮਲਾ ਕਰਨ ਦੇ ਲਈ ਭੇਜ ਦਿੱਤਾ, ਜੋ ਕਿ ਇਹਨਾਂ ਤਸਵੀਰਾਂ ਦੇ ਵਿੱਚ ਵੀ ਸਾਫ ਨਜ਼ਰ ਆਇਆ ਹੈ। ਆਂਢ ਗੁਆਂਢ ਦੇ ਲੋਕਾਂ ਦੇ ਵੱਲੋਂ ਹੀ ਇਹ ਵੀਡੀਓ ਬਣਾਈ ਗਈ ਹੈ ਜੋ ਹੁਣ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਹ ਜੋ ਮੁੰਡੇ ਨੇ ਇਹਨਾਂ ਦੀ ਪਛਾਣ ਵੀ ਹੋ ਚੁੱਕੀ ਹੈ ਤੇ ਇਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ। ਇਹ ਜਿਹੜੀ ਵੀਡੀਓ ਹੈ ਥਾਣਾ ਕਨਾਲ ਕਲੋਨੀ ਦੇ ਏਰੀਆ, ਜਨਤਾ ਨਗਰ ਦਾ ਏਰੀਆ, ਤੇ ਇਸ ਦੇ ਵਿੱਚ ਜਿਹੜੇ ਇਹ ਲੜਕੇ ਹੈਗੇ ਆ, ਇਹ ਵਾਸੂਦੇਵ ਤੇ ਭਤੀਜੇ ਤੇ ਉਹਦੇ ਜਿਹੜੇ ਭਤੀਜੇ ਦੇ ਦੋਸਤ ਹੈਗੇ ਆ, ਇਹਨਾਂ ਨੇ ਆਰਤੀ ਦੇਵੀ ਜੋ ਵਾਸੂਦੇਵ ਦੀ ਗੁਆਂਢੀ ਹੈ ਦੇ ਵਿੱਚ ਰਹਿੰਦੀ ਹੈ, ਉਸਦੇ ਘਰ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ, ਕਿਉਂਕਿ ਵਾਸੂਦੇਵ ਆਪਣੀ ਮਾਤਾ ਦੇ ਨਾਲ ਇੱਕ ਦੋ ਦਿਨ ਪਹਿਲਾਂ ਲੜਾਈ ਕੀਤੀ ਸੀ ਤੇ ਮਾਤਾ ਦੀ ਕੁੱਟਮਾਰ ਕਰਦਾ ਸੀਗਾ। ਆਰਤੀ ਦੇਵੀ ਨੇ ਉਹਦੇ ਵਿੱਚ ਜਿਹੜੀ ਇਹਨੇ ਵਾਸੂਦੇਵ ਨੂੰ ਰੋਕਿਆ ਸੀ ਵੀ ਆਪਣੀ ਮਾਤਾ ਦੀ ਕੁੱਟਮਾਰ ਨਾ ਕਰੇ, ਉਸੇ ਰੰਜਿਸ਼ ਦੇ ਵਿੱਚ ਜਿਹੜੀ ਹੈਗੀ ਹੈ ਇਹਨੇ ਆਪਣੇ ਵਾਸੂਦੇਵ ਨੇ ਆਪਣੇ ਭਤੀਜੇ ਦੇ ਨਾਲ ਮਿਲ ਕੇ ਜਿਹੜੀ ਹੈਗੀ ਹੈ ਉਹਦੇ ਘਰ ਦੇ ਉੱਪਰ ਅਟੈਕ ਕੀਤਾ ਤੇ ਉਹਦੇ ਘਰ ਦੀ ਜਿਹੜੀ ਹੈ ਭੰਨ ਤੋੜ ਕੀਤੀ ਹੈ। ਇਹਨਾਂ ਦੇ ਖਿਲਾਫ਼ ਜਿਹੜਾ ਹੈਗਾ ਥਾਣਾ ਕਨਾਲ ਕੋਲੀ ਦੇ ਵਿੱਚ ਜਿਹੜਾ ਬਣਦਾ ਐਕਸ਼ਨ ਲਿਆ ਜਾ ਰਿਹਾ ਤੇ ਜਲਦ ਹੀ ਜਿਹੜੇ ਸਾਰੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਤੇ ਨਾਲ ਹੀ ਇਹ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਬੰਦਾ ਜਿਹੜਾ ਵੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਸ਼ਿਸ਼ ਕਰੂਗਾ ਉਸ ਦੇ ਨਾਲ ਸਖ਼ਤ ਤੋਂ ਸਖ਼ਤ ਜਿਹੜਾ ਹੈਗਾ ਐਕਸ਼ਨ ਲਿਆ ਜਾਊਗਾ।